ਸਤਿ ਸ਼੍ਰੀ ਅਕਾਲ ਜੀ। ਸੋ ਕੈਨੇਡਾ ਦੀ ਬਹੁਤ ਸਾਰੀ ਰਿਫਿਊਜ਼ਲ ਤੋਂ ਬਾਅਦ ਦੁਬਾਰਾ ਉਹ ਦਿਨ ਵਾਪਸ ਆਏ ਨੇ ਜਿੱਥੇ ਸਟੂਡੈਂਟ ਔਰ ਏਜੰਟ ਦੇ ਵਿੱਚ ਇੱਕ ਖੁਸ਼ੀ ਜਿਹੜੀ ਹੈਗੀ ਹੈ ਦੁਬਾਰਾ ਵੀਜ਼ਿਆਂ ਦੇ ਰਾਹੀਂ ਉਹ ਖੁਸ਼ੀ ਸਟੂਡੈਂਟਸ ਨੂੰ ਦੁਬਾਰਾ ਮਿਲੀ ਹੈ। ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦੀਆਂ ਫਾਈਲਾਂ ਕੋਈ ਜਨਵਰੀ ਤੋਂ ਫਰਵਰੀ ਤੋਂ ਕਾਫੀ ਦੇਰ ਤੋਂ ਅੰਬੈਸੀ ਦੇ ਵਿੱਚ ਲੌਜ ਸੀਗੀਆਂ ਔਰ ਰਿਜ਼ਲਟਸ ਦੀ ਵੇਟ ਸੀਗੀ ਕੈਨੇਡੀਅਨ ਹਾਈ ਕਮਿਸ਼ਨ ਨੇ ਪਹਿਲਾਂ ਜਿੱਥੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ 6 ਅਗਸਤ ਤੱਕ ਰਿਜ਼ਲਟ ਦੇਵਾਂਗੇ। ਸੋ ਐਗਜੈਕਟਲੀ 5-6 ਅਗਸਤ ਨੂੰ ਉਹਨਾਂ ਨੇ ਉਹ ਰਿਜ਼ਲਟਸ ਦੇਣੇ ਸ਼ੁਰੂ ਕਰਤੇ ਔਰ ਚੰਗੀ ਗੱਲ ਕੀ ਹੈ ਕਿ ਪੋਜ਼ਿਟਿਵ ਰਿਜ਼ਲਟਸ ਦੇਣੇ ਸ਼ੁਰੂ ਕਰਤੇ। ਜੇ ਮੈਂ ਪਿਛਲੇ 2-4 ਦਿਨਾਂ ਦੀ ਗੱਲ ਕਰਾਂ ਤਾਂ ਤਕਰੀਬਨ 150+ ਪਾਸਪੋਰਟ ਰਿਕੁਐਸਟਾਂ ਜਿਹੜੀਆਂ ਹੈਗੀਆਂ ਓਮ ਗਲੋਬਲ ਦੀ ਟੀਮ ਨੂੰ ਰਿਸੀਵ ਹੋਈਆਂ। ਸੋ ਬਹੁਤ ਸਾਰੀਆਂ ਖੁਸ਼ ਖਬਰੀਆਂ ਲੈ ਕੇ ਬਹੁਤ ਸਾਰੇ ਸਟੂਡੈਂਟਸ ਨੂੰ ਜਿਹੜੇ ਕਈ ਜਣੇ ਆਸ ਵੀ ਛੱਡ ਚੁੱਕੇ ਸੀਗੇ ਕਿ ਸ਼ਾਇਦ ਉਹਨਾਂ ਦਾ ਕਦੀ ਵੀਜ਼ਾ ਲੱਗੂਗਾ ਵੀ, ਸ਼ਾਇਦ ਉਹਨਾਂ ਦਾ ਕਦੀ ਰਿਜ਼ਲਟ ਵੀ ਆਊਗਾ, ਇੱਦਾਂ ਦੇ ਸਟੂਡੈਂਟਸ ਦੇ ਜਿਹੜੇ ਰਿਜ਼ਲਟ ਆਇਆ। ਸੋ ਬਹੁਤ ਬਹੁਤ ਮੁਬਾਰਕਾਂ ਉਹਨਾਂ ਸਾਰੇ ਸਟੂਡੈਂਟਸ ਲਈ। ਔਰ ਅੱਗਿਓਂ ਦੀ ਫਿਊਚਰ ਦੇ ਵਿੱਚ ਜੇਕਰ ਤੁਹਾਡਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ, ਜੇਕਰ ਤੁਸੀਂ ਰੀਅਪਲਾਈ ਕਰਨਾ ਚਾਹੁੰਦੇ ਹੋ ਜਾਂ ਨਵਾਂ ਪ੍ਰੋਫਾਈਲ ਹੈ ਤੁਹਾਡਾ, ਆਈਲਟਸ ਦੇ ਵਿੱਚ 6 ਸਕੋਰ ਹੈਗਾ ਵੈ, ਤੁਸੀਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਨਵੰਬਰ ਇਨਟੇਕ ਦੇ ਵਿੱਚ ਸੀਟਾਂ ਅਵੇਲੇਬਲ ਨੇ, ਜਨਵਰੀ ਇਨਟੇਕ ਦੇ ਵਿੱਚ ਸੀਟਾਂ ਅਵੇਲੇਬਲ ਨੇ, ਬਟ ਬਹੁਤ ਲਿਮਿਟਿਡ ਸੀਟਸ ਨੇ। ਆਪਣੇ ਡਾਕੂਮੈਂਟ ਚੱਕੋ, ਜਲਦੀ ਤੋਂ ਜਲਦੀ ਸਾਡੀਆਂ ਬ੍ਰਾਂਚਿਸ ਦੇ ਵਿੱਚ ਵਿਜ਼ਿਟ ਕਰੋ। ਸਭ ਤੋਂ ਚੰਗੀ ਗੱਲ ਕੀ ਹੈ, ਤੁਸੀਂ 1 ਵਾਰੀ ਰਿਫਿਊਜ਼ ਹੋ, ਤੁਹਾਡਾ ਫਰੈਸ਼ ਕੇਸ ਆ, ਜਾਂ ਤੁਸੀਂ 5 ਵਾਰੀ ਰਿਫਿਊਜ਼ ਹੋ, ਓਮ ਗਲੋਬਲ ਦੀ ਟੀਮ ਪੈਸੇ ਤੁਹਾਡੇ ਤੋਂ ਉਦੋਂ ਲਊਗੀ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜੂਗਾ। ਜਦੋਂ ਤੁਹਾਡਾ ਵੀਜ਼ਾ ਪਾਸਪੋਰਟ 'ਤੇ ਸਟੈਂਪ ਹੋ ਕੇ ਆ ਜੂਗਾ ਉਦੋਂ ਪੈਸੇ ਦੇਣੇ ਆ। ਐਵਰੀ ਪੈਨੀ ਆਫਟਰ ਦਾ ਵੀਜ਼ਾ ਇਜ਼ ਗ੍ਰਾਂਟਡ। ਸੋ ਟਾਈਮ ਘੱਟ ਹੈ, ਅੱਜ ਦੀ ਡੇਟ ਦੇ ਵਿੱਚ ਚੰਗੇ ਰਿਜ਼ਲਟਸ ਜਿਹੜੇ ਹੈਗੇ ਆ ਦੁਬਾਰਾ ਆਉਣੇ ਸ਼ੁਰੂ ਹੋ ਗਏ ਆ। 6 ਆਇਲਟਸ ਦਾ ਬੈਂਡ ਸਕੋਰ ਆ, ਕੋਈ 2 ਸਾਲ ਦਾ, 3 ਸਾਲ ਦਾ, 4 ਸਾਲ ਦਾ ਗੈਪ ਹੈ। 5 ਵਾਰੀ ਰਿਫਿਊਜ਼ ਹੋ, ਫਿਰ ਵੀ ਇਹ ਟਾਈਮ ਹੈਗਾ ਤੁਹਾਡੇ ਕੋਲ ਆਪਣਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰਨ ਦਾ। ਫੋਨ ਚੱਕੋ, ਸਾਨੂੰ ਕਾਲ ਕਰੋ 9161-9167 'ਤੇ, ਜਾਂ ਆਪਣੀ ਨੇੜਲੀ ਬ੍ਰਾਂਚ ਵਿਜ਼ਿਟ ਕਰੋ। ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ, ਚਾਰੋਂ ਬ੍ਰਾਂਚਿਸ ਦੇ ਵਿੱਚ ਰੈਗੂਲਰ ਬੇਸਿਸ ਦੇ ਵਿੱਚ ਕਾਉਂਸਲਰਸ ਅਵੇਲੇਬਲ ਨੇ, ਜੋ ਕਿ ਤੁਹਾਨੂੰ ਤੁਹਾਡਾ ਮਨਪਸੰਦ ਸ਼ਹਿਰ, ਕਿਹੜਾ ਕੋਰਸ, ਕਿਹੜਾ ਕਾਲਜ ਲੈਣਾ ਉਹਦੇ ਬਾਰੇ ਸਾਰੀ ਜਾਣਕਾਰੀ ਦੇਣਗੇ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।